ਪ੍ਰੈਸ ਕਲੱਬ ਵਿਖੇ ਆਰ ਐਨ ਸਿੰਘ ਦੀ ਯਾਦ ਵਿੱਚ ਲਗਾਈ ਗਈ ਤਸਵੀਰਾਂ ਦੀ ਪ੍ਰਦਰਸ਼ਨੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਸਮਾਜ ਨੂੰ ਵੰਡਣ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਰੋਕਣ ਲਈ ਸਾਹਮਣੇ ਆਉਣ। ਅੱਜ ਇੱਥੇ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੰਜਾਬ ਪ੍ਰੈਸ ਕਲੱਬ ਦੇ ਸੰਸਥਾਪਕ ਆਰ ਐਨ ਸਿੰਘ ਦੀ ਯਾਦ ਵਿੱਚ ਲਾਈ ਗਈ ਫੋਟੋ ਪ੍ਰਦਰਸ਼ਨੀ ਕੰਮ ਮੁਕਾਬਲੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ ਜਿੱਥੇ ਇੱਕ ਪਾਸੇ ਸਮਾਜ ਵਿੱਚ ਜ਼ਹਿਰ ਘੋਲ ਰਿਹਾ ਹੈ ਉੱਥੇ ਦੂਜੇ ਪਾਸੇ ਸਮਾਜ ਵਿੱਚ ਵੰਡੀਆਂ ਪਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਇਸ ਗੁੰਮਰਾਹਕੁੰਨ ਪ੍ਰਚਾਰ ਨੂੰ ਨੱਥ ਪਾਉਣ ਲਈ ਪੱਤਰਕਾਰ ਸਾਥੀ ਅੱਗੇ ਆਉਣ ਤਾਂ ਜੋ ਲੋਕਾਂ ਨੂੰ ਸਮਾਜ ਦੀ ਅਸਲ ਤਸਵੀਰ ਸਾਹਮਣੇ ਪੇਸ਼ ਕੀਤੀ ਜਾ ਸਕੇ। ਸਰਦਾਰ ਮੇਜਰ ਸਿੰਘ ਜੀ, ਲਖਵਿੰਦਰ ਸਿੰਘ ਜੌਲ ਸਾਹਿਬ, ਇਸ ਤੋਂ ਇਲਾਵਾ ਮੈਡਮ ਸਿਮਰਨ ਸਿੱਧੂ ਜੀ ਇੱਥੇ ਬੈਠੇ ਨੇ, ਮੀਰ ਸਾਹਿਬ ਔਰ DPRO ਸਾਹਿਬ ਮਨਵਿੰਦਰ ਸਿੰਘ ਜੀ, ਹੋਰ ਜਿੰਨੇ ਵੀ ਸਾਥੀ ਇੱਥੇ ਨੇ। ਐਟ ਦਾ ਵੈਰੀ ਆਊਟਸੈਟ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜੀ ਪ੍ਰੈਸ ਦਾ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਵਰਲਡ ਓਵਰ, ਇਹਦੀ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ। ਕਿਉਂਕਿ ਮੈਂ ਆਉਣ ਤੋਂ ਪਹਿਲਾਂ ਹੀ ਪੜ੍ਹ ਰਿਹਾ ਸੀ ਕਿ ਸਵੇਰੇ ਅਖਬਾਰਾਂ 'ਚ ਵੀ ਕੁਛ ਅਖਬਾਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ ਕਿ ਯੂਨਾਈਟਿਡ ਨੇਸ਼ਨਸ ਨੇ ਜਿਹੜੇ ਬੇਸਿਕ ਚਾਰਟਰ ਦੇ ਵਿੱਚ ਅਧਿਕਾਰ ਮੰਨੇ ਨੇ ਉਹਨਾਂ 'ਚ ਇੱਕ ਰਾਈਟ ਟੂ ਐਕਸਪ੍ਰੈਸ਼ਨ ਹੈ, ਉਸੇ ਦੀ ਇੱਕ ਕੰਟੀਨਿਊਏਸ਼ਨ ਦੇ ਵਿੱਚ ਆਪਾਂ ਹਰ ਵਾਰੀ ਜਿਹੜਾ ਹੈਗਾ 3 ਮਈ ਨੂੰ ਇਸ ਦਿਨ ਨੂੰ ਮਨਾਉਂਦੇ ਹਾਂ। ਸਰਦਾਰ ਸਾਹਿਬ ਹੋਰਾਂ ਤਾਂ ਬੜਾ ਬਰੀਫ ਰੱਖਿਆ, ਮੈਨੂੰ ਲੱਗਦਾ ਮੈਨੂੰ ਵੀ ਬਰੀਫ ਰੱਖਣਾ ਚਾਹੀਦਾ, ਪਰ ਮੈਂ ਇਹ ਖੁੱਲ੍ਹ ਲੈ ਰਿਹਾ ਹੁਣ ਤੁਸੀਂ ਦੇ ਵੀ ਦਿੱਤੀ ਹੁਣ ਪ੍ਰਧਾਨ ਸਾਹਿਬ ਹੋਰਾਂ ਨੇ। ਦੇਖੋ, ਮੈਨੂੰ ਇਹ ਐਡਮਿਟ ਕਰਨ 'ਚ ਕੋਈ ਵੀ ਮਤਲਬ ਗੁਰੇਜ਼ ਨਹੀਂ ਹੈ। ਜਦੋਂ ਅਸੀਂ ਕੋਈ ਫਾਈਲ 'ਤੇ ਡਿਸੀਜਨ ਲੈਂਦੇ ਹਾਂ ਤਾਂ 2-3 ਚੀਜ਼ਾਂ ਸਾਡੇ ਦਿਮਾਗ 'ਚ ਜ਼ਹਿਨ 'ਚ ਬੜੀਆਂ ਰਹਿੰਦੀਆਂ। ਇੱਕ ਇਹ ਹੁੰਦਾ ਕਿ ਵੀ ਇਹ ਡਿਸੀਜਨ ਐਜ਼ ਪਰ ਲਾਅ ਕਿੱਦਾਂ ਹੈਗਾ, ਇਹ ਜੁਡੀਸ਼ਰੀ ਦੇ ਕਸੌਟੀ 'ਤੇ ਖਰਾ ਉਤਰਦਾ ਕਿ ਨਹੀਂ ਉਤਰਦਾ। ਦੂਜਾ ਇੱਕ ਬੜਾ ਮਾਈਲਸਟੋਨ ਹੋਇਆ ਰਾਈਟ ਟੂ ਇਨਫੋਰਮੇਸ਼ਨ ਦਾ ਕਿ ਹਰ ਡਾਕੂਮੈਂਟ ਇਜ਼ ਏ ਪਬਲਿਕ ਡਾਕੂਮੈਂਟ। ਜਦੋਂ ਵੀ ਕੋਈ ਬੰਦਾ ਕੋਈ ਚੀਜ਼ ਲਿਖਦਾ ਹੈਗਾ ਤਾਂ ਉਹਨੂੰ ਇਹ ਹੈ ਕਿ ਇਟਸ ਏ ਪਬਲਿਕ ਡਾਕੂਮੈਂਟ, ਕੱਲ੍ਹ ਨੂੰ ਇਹਦੀ ਪਬਲਿਕ 'ਚ ਸਕਰੂਟਨੀ ਹੋਣੀ ਹੈ। ਤੀਜਾ ਜਿਹੜਾ ਇਮੀਡੀਏਟ ਇਹ ਹੁੰਦਾ ਹੈਗਾ, ਜਦੋਂ ਕੋਈ ਵੀ ਡਿਪਾਰਟਮੈਂਟ ਦੀ ਕੋਈ ਲੈਪਸ ਹੁੰਦੀ ਹੈ ਜਾਂ ਕੋਈ ਅਸੀਂ ਐਕਸ਼ਨ ਲੈਂਦੇ ਹਾਂ, ਕਿਉਂਕਿ 3-4 ਸਾਡੇ ਜਿਹੜੇ ਅੰਗ ਨੇ ਉਹਨਾਂ 'ਚ ਭਾਵੇਂ ਲੈਜਿਸਲੇਚਰ 'ਚ ਕੋਈ ਲੈਜਿਸਲੇਸ਼ਨ ਹੁੰਦੀ ਹੋਵੇ, ਐਗਜ਼ੀਕਟਿਵ 'ਚ ਅਸੀਂ ਉਹਨੂੰ ਲਾਗੂ ਕਰਦੇ ਹੋਈਏ, ਜੁਡੀਸ਼ਰੀ ਦੇ ਵੀ ਈਵਨ ਜੇ ਫੈਸਲੇ ਹੋਣ, ਪਬਲਿਕ ਪਰਸੈਪਸ਼ਨ ਜਿਹੜੀ ਹੈਗੀ ਆ ਉਹ ਸਭ ਤੋਂ ਇੰਪੋਰਟੈਂਟ ਹੈ। ਔਰ ਉਹ ਪਬਲਿਕ ਪਰਸੈਪਸ਼ਨ 'ਚ ਇਹ ਹੁੰਦਾ ਕਿ ਅਗਲੇ ਦਿਨ ਅਖਬਾਰਾਂ ਨੇ ਉਸ ਗੱਲ ਨੂੰ, ਇਹ ਇਲੈਕਟ੍ਰੋਨਿਕ ਮੀਡੀਆ ਨੇ ਉਸ ਗੱਲ ਨੂੰ ਕਿੱਦਾਂ ਲੈਣਾ। ਇਹ ਆਪਦੇ ਆਪ 'ਚ ਕਿਸੇ ਲੋਕਤੰਤਰ 'ਚ ਇੱਕ ਬਹੁਤ ਵੱਡਾ ਬੈਲੈਂਸ ਬਣਾਉਣ ਦਾ ਜਿਹੜਾ ਕੰਮ ਕਰਦੀ ਹੈ ਪ੍ਰੈਸ ਦੀ ਆਜ਼ਾਦੀ। ਪ੍ਰੈਸ ਦੇ ਨਾਲੋਂ ਨਾਲ ਇੱਕ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਵੀ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਭਾਵੇਂ ਕਿ ਅਸੀਂ ਬਹੁਤ ਸਾਰਾ ਅੱਗੇ ਵਧੇ ਹਾਂ ਇਸ ਚੀਜ਼ 'ਚ, ਆਜ਼ਾਦੀ ਨੂੰ ਖਤਮ ਕਰਨ ਦਾ ਮਤਲਬ ਸਿਰਫ ਨੈਗੇਟਿਵਲੀ ਨਹੀਂ ਹੈ ਕਿ ਵੀ ਤੁਸੀਂ ਸਾਰੇ ਦਾ ਸਾਰਾ ਮੀਡੀਆ ਜਿਹੜਾ ਹੈਗਾ ਕਿ ਕਿਸੇ ਡਿਕਟੇਟਰ ਦੇ ਰਾਜ ਵਾਂਗੂੰ ਸਿੱਧਾ ਸਿੱਧਾ ਤੁਸੀਂ ਇੱਕ ਹੀ ਚੈਨਲ ਹੋਏ ਅਤੇ ਇੱਕ ਹੀ ਉਹ ਹੋਵੇ। ਕਈ ਵਾਰ ਜਿਹੜੇ ਸਿੱਧੇ ਸਿੱਧੇ ਤੌਰ 'ਤੇ ਜਿਹੜੇ ਹੈਗੇ ਆ ਕਾਰਪੋਰੇਟ ਪ੍ਰੈਸ਼ਰਸ ਨੇ, ਹੋਰ ਤਰ੍ਹਾਂ ਦੇ ਕਈ ਪੁਲਸ ਐਂਡ ਪ੍ਰੈਸ਼ਰਸ ਹੈਗੇ ਨੇ, ਜਾਂ ਇੱਕ ਵੈਸਟਡ ਇੰਟਰਸਟ ਦੇ ਨਾਲ ਜਦੋਂ ਕੋਈ ਖਬਰ ਛਪਦੀ ਹੈ ਤਾਂ ਉਹ ਲੋਕਤੰਤਰ ਲਈ ਕੋਈ ਬਹੁਤਾ ਚੰਗਾ ਸ਼ਗਨ ਨਹੀਂ। ਬਟ ਭਾਰਤ ਦੇ ਕੇਸ 'ਚ ਮੈਨੂੰ ਇਹ ਖੁਸ਼ੀ ਹੈ ਕਿ ਜਿਸ ਤਰ੍ਹਾਂ ਸਾਡੇ ਪਲੂਰਿਸਟਿਕ ਸੁਸਾਇਟੀ ਹੈਗੀ ਆ, ਤਰ੍ਹਾਂ ਤਰ੍ਹਾਂ ਦੇ ਰੀਜਨਸ ਨੇ, ਖੇਤਰ ਨੇ, ਉਸੇ ਜਿੱਕਰ ਹੀ ਧਰਮ ਨੇ, ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ, ਉਸੇ ਜਿੱਕਰ ਹੀ ਜਿਹੜੀ ਸਾਡੀ ਪ੍ਰੈਸ ਹੈਗੀ ਆ ਇਲੈਕਟ੍ਰੋਨਿਕ ਮੀਡੀਆ, ਉਸ ਦੇ ਵਿੱਚ ਵੀ ਵਿਭਿੰਨਤਾ ਬਹੁਤ ਜ਼ਿਆਦਾ ਹੈ। ਵਰਲਡ ਓਵਰ ਜਿਹੜਾ ਮੈਂ ਸਵੇਰੇ ਰੇਟਿੰਗਸ ਪੜ੍ਹ ਰਿਹਾ ਸੀਗਾ, ਉਸ 'ਚ ਇੱਕ ਤਾਂ ਮੋਸਟ ਥਰੈਟਨ ਨੇ, ਥੈਂਕਫੁਲੀ ਅਸੀਂ ਉਸ 'ਚ ਤਾਂ ਨਹੀਂ ਹੈਗੇ, ਬਟ ਜਿਹੜੇ ਜ਼ਿਆਦਾ ਸੀਰੀਅਸ ਕੈਟੇਗਰੀ 'ਚ ਉਸ ਤੋਂ ਬਾਅਦ ਉਹਨਾਂ ਨੇ ਦਿਖਾਏ ਹੈਗੇ, ਉਸ 'ਚ ਆਪਾਂ ਫੋਲ ਕਰਦੇ ਹਾਂ। ਬਟ ਡਿਸਪਾਈਟ ਦੈਟ ਸਿਲਵਰ ਲਾਈਨਿੰਗ ਇਹ ਹੈ ਕਿ ਵੀ ਇੰਨੀ ਜ਼ਿਆਦਾ ਆਵਾਜ਼ਾਂ ਹੈਗੀਆਂ ਨੇ, ਇੰਨੇ ਜ਼ਿਆਦਾ ਚੈਨਲਸ ਨੇ, ਇੰਨੇ ਜ਼ਿਆਦਾ ਨਿਊਜ਼ ਪੇਪਰਸ ਨੇ, ਔਰ ਇੰਨੇ ਜ਼ਿਆਦਾ ਸਾਡਾ ਜਿਹੜਾ ਹੈਗਾ ਖੇਤਰੀ ਨਿਊਜ਼ ਪੇਪਰਸ ਐਡੇ ਸਟਰੋਂਗ ਨੇ, ਤਾਂ ਲੋਕ ਬਾਗ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਉਸ ਤੋਂ ਕਿਤੇ ਨਾ ਕਿਤੇ ਅੰਦਾਜ਼ਾ ਲਗਾਉਂਦੇ ਨੇ, ਔਰ ਹਰ ਚੀਜ਼ ਨੂੰ ਗੇਜ ਕਰਦੇ ਨੇ। ਸਾਡੇ ਪਾਠਕ ਵੀ ਬੜੇ ਸਿਆਣੇ ਨੇ,
ਸੋ ਜਿੱਥੇ ਸਾਡੇ ਲੋਕਤੰਤਰ ਸਾਹਮਣੇ ਆ ਸਾਡੀ ਇੰਸਟੀਟਿਊਸ਼ਨਸ, ਮੈਂ ਵੀ ਉਹਦਾ ਇੱਕ ਹਿੱਸਾ ਹੈਗਾ, ਕਿਉਂਕਿ ਬਹੁਤੇ ਬੰਦੇ ਜਿਵੇਂ ਮੈਂ ਐਗਜ਼ੀਕਟਿਵ 'ਚ ਹੈਗਾ, ਮੈਂ ਤਾਂ ਉਹਦਾ ਇੱਕ ਬਹੁਤ ਛੋਟਾ ਪੁਰਜਾ ਜਿਹੜਾ ਇੱਕ ਬਹੁਤ ਵੱਡਾ ਯੰਤਰ ਹੈ। ਕਈ ਵਾਰੀ ਉਹਨੂੰ ਵੀ ਤੁਹਾਡੀ ਕਈ ਸੱਚੀ ਗੱਲ ਕੌੜੀ ਲੱਗਦੀ ਹੈ, ਜਿੱਥੇ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਜਿਹੜੀ ਪ੍ਰੈਸ ਦੀ ਆਜ਼ਾਦੀ ਨੂੰ ਬਰਦਾਸ਼ਤ ਕਰੀਏ ਔਰ ਉਹਨੂੰ ਅੱਗੇ ਵਧਣ ਦਾ ਮੌਕਾ ਦਈਏ, ਕਿਉਂਕਿ ਕੋਈ ਵੀ ਸੁਸਾਇਟੀ ਇਨਕਲੂਸਿਵ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉੱਥੇ ਖੁੱਲ੍ਹ ਦੇ ਨਾਲ ਡਿਫਰੈਂਟ ਨਰੇਟਿਵਸ ਨੂੰ ਆਪਦੀ ਗੱਲ ਰੱਖਣ ਦਾ ਮੌਕਾ ਨਾ ਦਿੱਤਾ ਜਾਵੇ। ਪਰ ਹੋ ਸਕਦਾ ਉਹ ਸਮਝਦੇ ਲੈਵਲ ਤੱਕ ਜਾਂਦੇ ਜਾਂਦੇ ਬੰਦੇ ਨੂੰ ਬਹੁਤ ਟਾਈਮ ਲੱਗ ਜਾਂਦਾ। ਮੈਨੂੰ ਵੀ ਸ਼ਾਇਦ ਮਿਡਲ ਏਜ ਤੋਂ ਦੂਜੇ ਪਾਸੇ ਆ ਕੇ ਇਹ ਗੱਲ ਸਮਝ ਆਈ ਹੈ ਕਿ ਵੀ ਜੇ JNU 'ਚ ਕੋਈ ਬੰਦਾ ਕੋਈ ਹੋਰ ਤਰੀਕੇ ਨਾਲ ਕਿਸੇ ਗੱਲ ਨੂੰ ਕਹਿੰਦਾ ਜਾਂ ਕਿਸੇ ਪ੍ਰੈਸ ਦੇ ਇੱਕ ਸੈਕਸ਼ਨ 'ਚ ਕਿਸੇ ਇੱਕ ਗੱਲ ਨੂੰ ਹੋਰ ਤਰੀਕੇ ਨਾਲ ਕਹਿੰਦਾ, ਤਾਂ ਉਹ ਜ਼ਰੂਰੀ ਨਹੀਂ ਹੈ ਕਿ ਵੀ ਉਹ ਦੇਸ਼ ਭਗਤ ਨਾ ਹੋਵੇ। ਦੋਸਤੋ, ਅੱਜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਇਸ ਪਰਪਜ਼ ਲਈ ਆਪਾਂ ਇੱਥੇ ਹੁਣ ਇਕੱਠੇ ਹੋਏ ਹਾਂ, ਔਰ ਬਹੁਤ ਸਮੇਂ ਤੋਂ ਇਹ ਤਮੰਨਾ ਸੀ ਕਿ ਪ੍ਰੈਸ ਫੋਟੋਗ੍ਰਾਫੀ ਦੀ ਇੱਕ ਪ੍ਰਦਰਸ਼ਨੀ ਜ਼ਰੂਰ ਲਗਾਈ ਜਾਏ ਇੱਥੇ ਪ੍ਰੈਸ ਕਲੱਬ ਦੇ ਵਿੱਚ, ਔਰ ਨਾਲ ਹੀ ਅਸੀਂ ਇਹ ਸੋਚਿਆ ਕਿ ਇਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਆਪਸ ਵਿੱਚ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਦੀ ਪੱਤਰਕਾਰਾਂ ਨੂੰ ਜਿਹੜਾ ਉਹ ਇਸ ਪ੍ਰਦਰਸ਼ਨੀ ਨੂੰ ਇੱਕ ਮੁਕਾਬਲੇ ਦਾ ਕੰਪੀਟੀਸ਼ਨ ਦਾ ਰੂਪ ਵੀ ਦਿੱਤਾ ਜਾਏ, ਤਾਂ ਕਿ ਜਿਹੜੀ ਉਤਸ਼ਾਹਿਤ ਪੱਤਰਕਾਰੀ ਜਿਹੜੀ ਹੈ ਅਤੇ ਉਤਸ਼ਾਹਿਤ ਫੋਟੋਗ੍ਰਾਫੀ ਜਿਹੜੀ ਹੈ ਉਹ ਅੱਗੋਂ ਹੋਰ ਪ੍ਰਫੁੱਲਿਤ ਹੋਵੇ ਅਤੇ ਇੱਕ ਦੂਸਰੇ ਦੇ ਨਾਲ ਜਿਹੜੀ ਉਹ ਭਾਵਨਾ ਦੇ ਵਿੱਚੋਂ ਇੱਕ ਦੂਸਰੇ ਨਾਲ ਮੁਕਾਬਲੇ ਦੀ ਭਾਵਨਾ ਦੇ ਵਿੱਚੋਂ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਜਿਹੜਾ ਉਹ ਸਾਡੇ ਪੱਤਰਕਾਰ ਵੱਧ ਤੋਂ ਵੱਧ ਕ੍ਰੀਏਟਿਵ ਹੋਣ ਔਰ ਵੱਧ ਤੋਂ ਵੱਧ ਜਿਹੜਾ ਆਪਣੀ ਤਨਦੇਹੀ ਦੇ ਨਾਲ ਅਖਬਾਰਾਂ ਨੂੰ ਬਿਹਤਰੀਨ ਫੋਟੋਆਂ ਜਿਹੜਾ ਉਹ ਮੁਹੱਈਆ ਕਰਨ ਦੀ ਕੋਸ਼ਿਸ਼ ਕਰਨ। 33 ਫੋਟੋਗ੍ਰਾਫ ਸੀਗੀਆਂ ਕੋਰਟ ਤੋਂ, ਜਿਸ ਤਰ੍ਹਾਂ ਕਿ ਦੱਸਿਆ ਮੇਜਰ ਸਾਹਿਬ ਹੋਣਾ, ਕੋਰਟ ਤੋਂ ਅਸੀਂ ਉਹ ਸਿਲੈਕਸ਼ਨ ਕੀਤੀ। ਉਸ ਸਿਲੈਕਸ਼ਨ ਵਿੱਚੋਂ 3 ਲੋਕ ਜੋ ਬੈਸਟ ਚੁਣੇ ਗਏ, ਇਹ ਉਹਨਾਂ ਦੇ ਕੰਮ ਨੂੰ ਦੇਖ ਕੇ ਬੈਸਟ ਹੈ, ਮਤਲਬ ਖਾਲੀ ਇੱਕ ਕਿਸੇ ਫੋਟੋਗ੍ਰਾਫ ਨੂੰ ਦੇਖ ਕੇ ਨਹੀਂ ਹੈ। 3 ਜੋ ਪਾਰਟੀਸਪੈਂਟ ਜੋ ਇਹਨਾਂ 'ਚੋਂ ਬੈਸਟ ਰਹੇ, ਉਹ ਫਸਟ ਜੋ ਰਹੇ ਨੇ ਉਹਨੇ ਜੀ ਕਰਮਵੀਰ ਸੰਧੂ ਜੀ, ਸੈਕਿੰਡ ਰਹੇ ਨੇ ਜੀ ਗੁਰਵਿੰਦਰ ਪਾਲ ਸਿੰਘ, ਤੀਸਰਾ ਜੋ ਨਾਮ ਹੈ ਉਹ ਹੈ ਜੀ ਸਨੀ ਸਹਿਗਲ।